ਬਾਹਰ ਲੜਾਉਣ ਬਹੁਤ ਬੁਰੀ ਤਰ੍ਹਾਂ ਮਾਰ ਗਈ। ਤਾਂ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਨਵੇਂ ਸਾਲ ਤੇ ਇੱਕ ਸ਼ਖਸ ਦੇ ਨਾਲ ਵੱਡਾ ਕਾਂਡ ਹੋ ਗਿਆ। ਮੋਟਰਸਾਈਕਲ ਗੱਡੀ ਵਾਲੇ ਦੇ ਮੂਹਰੇ ਲਗਾ ਕੇ ਇਹਨਾਂ ਬਦਮਾਸ਼ਾਂ ਨੇ ਤਿੰਨ ਨੌਜਵਾਨ ਲੁੱਟ ਲਏ ਨੇ। ਗੱਡੀ ਦੇ ਵਿੱਚ ਤਿੰਨ ਨੌਜਵਾਨ ਸਵਾਰ ਹੋ ਕੇ ਰੋਟੀ ਖਾਣ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਦੇਰ ਰਾਤ ਇੱਕ ਮੋਟਰਸਾਈਕਲ ਅੱਗੇ ਲੱਗਦੀ ਆ ਤੇ ਦੋ ਪਿੱਛੇ, ਤਾਂ ਕਿ ਗੱਡੀ ਅੱਗੇ ਪਿੱਛੇ ਨਾ ਕੀਤੀ ਜਾ ਸਕੇ ਤੇ ਨਾ ਹੀ ਗੱਡੀ ਭਜਾ ਕੇ ਲਈ ਜਾ ਸਕੇ। ਤਾਂ ਰਾਤ ਨੂੰ ਇਹਨਾਂ ਨੌਜਵਾਨਾਂ ਦੇ ਨਾਲ ਵੱਡਾ ਕਾਂਡ ਹੋਇਆ ਹੈ, ਲੁੱਟ ਲਿਆ ਗਿਆ ਹੈ। ਲੁੱਟਣ ਤੋਂ ਪਹਿਲਾਂ ਇਹਨਾਂ ਬਦਮਾਸ਼ਾਂ ਨੇ ਦੇਖੋ ਕਿਵੇਂ ਤੋੜ ਭੰਨ ਕੀਤੀ ਹੈ ਗੱਡੀ ਦੀ, ਪੂਰੀ ਗੱਡੀ ਤਹਿਸ ਨਹਿਸ ਕਰ ਦਿੱਤੀ ਆ, ਇੱਟਾਂ ਮਾਰੀਆਂ ਨੇ, ਰੋੜੇ ਮਾਰੇ ਨੇ। ਜਿਹੜਾ ਡਰਾਈਵਰ ਸੀ ਤੇ ਕਾਰ ਦੇ ਵਿੱਚ ਸਵਾਰ ਨੌਜਵਾਨ ਸੀ, ਉਹਨਾਂ ਦੇ ਸਿਰ ਪਾੜ ਦਿੱਤੇ ਗਏ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੀਆਂ, ਜਿੱਥੇ ਇੱਕ ਲੋਹਾ ਕਾਰੋਬਾਰੀ ਦੇ ਨਾਲ ਲੁੱਟਪਾਟ ਹੋਈ ਹੈ ਬਦਮਾਸ਼ਾਂ ਦੇ ਵੱਲੋਂ। ਲੁੱਟਣ ਤੋਂ ਪਹਿਲਾਂ ਉਸਦੀ ਗੱਡੀ ਦੇ ਵਿੱਚ ਮੋਟਰਸਾਈਕਲ ਨਾਲ ਟੱਕਰ ਮਾਰੀ ਗਈ। ਜਿਵੇਂ ਹੀ ਗੱਡੀ ਰੁਕਦੀ ਹੈ ਨਾਲ ਦੀ ਨਾਲ ਤਾਬੜ ਤੋੜ ਹਮਲਾ ਕਰ ਦਿੱਤਾ ਜਾਂਦਾ ਹੈ। ਦੇਖ ਸਕਦੇ ਹੋ ਕਿ ਕਿਵੇਂ ਇੱਟਾਂ ਨਾਲ ਪੂਰੀ ਗੱਡੀ ਭੰਨ ਦਿੱਤੀ ਗਈ ਹੈ, ਸ਼ੀਸ਼ੇ ਭੰਨ ਦਿੱਤੇ ਗਏ ਨੇ। ਜਿਹੜੇ ਕਾਰ ਸਵਾਰ ਨੌਜਵਾਨ ਸੀ ਉਹਨਾਂ ਦੇ ਨਾਲ ਵੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਤਾਂ ਮਾਮਲਾ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਨੇੜੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਤਿੰਨੇ ਨੌਜਵਾਨ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ। ਤਾਂ ਇਹਨਾਂ ਦੇ ਕੋਲੋਂ ਦੋ ਮੋਬਾਈਲ ਫੋਨ ਅਤੇ 12,000 ਰੁਪਏ ਦੀ ਲੁੱਟਕੁੱਟ ਕੀਤੀ ਗਈ ਹੈ। ਤਾਂ ਦੇਰ ਰਾਤ ਨਵੇਂ ਸਾਲ ਮਨਾਉਣ ਤੋਂ ਬਾਅਦ ਇਹ ਰੋਟੀ ਪਾਣੀ ਖਾਣ ਕਿਸੇ ਢਾਬੇ ਦੇ ਵਿੱਚ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਇਹਨਾਂ ਨੂੰ ਰੋਕਿਆ ਗਿਆ। ਤਾਂ ਆਓ ਪੀੜਤਾਂ ਦੇ ਕੋਲੋਂ ਜਾਣਦੇ ਹਾਂ ਕਿ ਆਖਿਰਕਾਰ ਉਹ ਨੌਜਵਾਨ ਬਦਮਾਸ਼ ਕੌਣ ਸਨ, ਕੀ ਪਹਿਲਾਂ ਤੋਂ ਕੋਈ ਰੰਜਿਸ਼ ਸੀ, ਕੀ ਕੋਈ ਲੜਾਈ ਚੱਲ ਰਹੀ ਸੀ, ਜਾਂ ਫਿਰ ਇਸ ਵਾਰਦਾਤ ਪਿੱਛੇ ਲੁੱਟ ਹੀ ਵਜ੍ਹਾ ਹੈ। ਢਾਈ ਕੁ ਵਜੇ ਦੀ ਗੱਲ ਹੈਗੀ ਹੈ, ਇੱਟਾਂ ਵਾਲੇ ਚੌਂਕ ਤੋਂ ਕੋਈ ਨੇੜੇ ਹੈਗੇ ਆ, ਉਹ ਗੱਡੀ ਆ PB 10 KB 2201
ਇਹ ਗੱਡੀਆਂ ਲੱਗੀਆਂ ਨੇ, ਇੱਕ ਉਹਦੇ ਨਾਲ ਰੋਹਿਤ ਜੀ ਦੀ ਗੱਡੀ ਆ, ਮਾਲਕ ਸੀਸਾ ਭੰਨਤੇ ਵੀਡੀਓ ਅਸੀਂ ਦੇਖੀਆਂ ਨੇ ਅਤੇ ਸ਼ਹੀਦ ਉੱਪਰੋਂ ਕਿਸੇ ਨੇ ਵੀਡੀਓ ਬਣਾਈ, ਉਹ ਸਾਡੇ ਕੋਲ ਪੇਸ਼ ਕਰਕੇ ਗਏ ਨੇ। ਇਹ ਮੁੰਡੇ ਦੇ ਸਿਰ 'ਚ ਸੱਟ ਵੀ ਲੱਗੀ ਹੈ, ਇਹਨਾਂ ਨੇ ਆਪਦਾ ਜਿਹੜਾ ਇਲਾਜ ਆ ਉਹ ਮੋਹਨ ਦੇਵ ਹੋਸਪਿਟਲ ਦੇ ਵਿੱਚ ਕਰਵਾਇਆ, ਉਹਦੇ ਵਿੱਚ ਸਿਟੀ ਸਕੈਨ ਜਿਹੜੀ ਆ ਉਹ ਉਹਨਾਂ ਨੇ ਰੱਖੀ ਹੈ, ਡਾਕਟਰ ਨੇ ਤਾਂ ਉਹ ਮੈਡੀਕਲ ਕਰਵਾ ਕੇ ਸਾਡੇ ਕੋਲ ਆਉਂਦੇ ਨੇ, ਜੋ ਹੈ ਉਹੀ ਬਿਆਨ ਦੇ ਕੇ ਜੋ ਵੀ ਕਰਮੀ ਬਣਦੀ ਉਹ ਕਰਨ ਨੂੰ ਤਿਆਰ ਆ। ਬਾਕੀ ਅਸੀਂ ਮੌਕੇ 'ਤੇ ਮੈਂ ਆਪ ਖੁਦ ਜਾ ਰਿਹਾ, ਆਈਓ ਰਾਤ ਵਾਲਾ ਜਿਹੜਾ ਉਹ ਰਾਤ ਦੀ ਡਿਊਟੀ ਹੋਣ ਕਰਕੇ ਥੋੜ੍ਹਾ ਜਿਹਾ ਆਰਾਮ ਕਰ ਰਿਹਾ, ਉਹ ਆ ਰਿਹਾ ਅਤੇ ਉਸ ਦੇ ਨਾਲ ਮੈਂ ਮੌਕਾ ਦੇਖ ਕੇ ਜੋ ਹੈ ਮੋਟਰਸਾਈਕਲ ਵਗੈਰਾ ਜਿਹੜੇ ਬੰਦੇ ਆਏ ਨੇ ਉਹਨਾਂ ਦਾ ਅਜੇ ਤੱਕ ਕੋਈ ਪਤਾ ਲੱਗਿਆ ਵੀ ਕੌਣ ਨਹੀਂ ਕੌਣ ਨਹੀਂ, ਉਹਨੂੰ ਅਸੀਂ ਕੈਮਰੇ 'ਚ ਚੈੱਕ ਕਰਕੇ ਨੰਬਰ ਲੱਭ ਕੇ ਤਾਂ ਅਗਲੀ ਕਾਰਵਾਈ ਉਹਨਾਂ ਦੇ ਖਿਲਾਫ਼ ਕਰਨਾ। ਸਰ ਅਸੀਂ, ਮੈਂ ਜੈਨ ਕਲੋਨੀ 'ਚ ਰਹਿੰਦਾ, ਅਸੀਂ ਉੱਥੇ ਜਾਗਰਣ ਸੀਗਾ ਜੀ, ਉੱਥੋਂ ਫ੍ਰੀ ਹੋਏ, ਸਾਨੂੰ ਕਾਲ ਆਈ ਦੋਸਤ ਦੀ ਵੀ ਆ ਜਾਓ, ਆਪਾਂ ਦੋਸਤ ਘਰ ਜਾ ਰਹੇ ਸੀਗੇ ਜੀ ਹਰਕ੍ਰਿਸ਼ਨ ਸਕੂਲ ਵੱਲ, ਉੱਧਰੋਂ ਰਸਤੇ 'ਚੋਂ ਮੁੰਡੇ ਆ ਰਹੇ ਸੀਗੇ, ਅਸੀਂ ਜਾ ਰਹੇ ਸੀਗੇ ਜੀ, ਇੱਕਦਮ ਹੀ ਬਾਈਕਾਂ 'ਤੇ ਅਸੀਂ ਅੱਗੇ ਨੂੰ ਗਏ ਹਾਂ, 100 ਕੁ ਕਦਮ ਪਿੱਛੋਂ ਫੇਰ ਆ ਗਏ, ਸਾਡੇ ਵੱਲ ਕਹਿੰਦੇ ਹਾਂ ਓਏ ਬਾਹਰ ਨਿਕਲੋ ਤੁਹਾਡੀ, ਅਸੀਂ ਗਾਲਾਂ ਗੁਲਾਂ ਕੱਢਣ ਲੱਗ ਗਏ, ਗਾਲੀ ਗਲੋ ਸਾਨੂੰ ਮਾਰਿਆ ਜੀ, ਇੱਟਾਂ ਮਾਰੀਆਂ, ਗੱਡੀ ਸਾਰੀ ਭਾਂਤੀ ਸੀ, ਗੱਡੀ ਦੀ ਕੰਡੀਸ਼ਨ ਦੇਖ ਲਓ ਜੀ, ਸਾਡੇ ਕੋਲ ਵੀਡੀਓ ਵੀ ਇੱਕ ਬੰਦੇ ਨੇ ਉੱਪਰ ਪਤਾ ਨਹੀਂ ਰੱਬ ਵੱਲੋਂ ਉਹਨੇ ਵੀਡੀਓ ਬਣਾ ਲਈ ਜੀ। ਤੁਸੀਂ ਕਿੰਨੇ ਬੰਦੇ ਸੀਗੇ? ਅਸੀਂ 3 ਜਣੇ ਆਪਣੀ ਗੱਡੀ 'ਚ ਸੀਗੇ ਜੀ, ਉਹ 7 ਬੰਦੇ ਸੀਗੇ ਜੀ, ਹਰਕ੍ਰਿਸ਼ਨ ਸਕੂਲ ਦੇ ਕੋਲ ਹੋਇਆ ਜੀ ਇਹ ਸਾਰਾ। ਸਰ ਮੇਰਾ ਮੋਬਾਈਲ ਲੈ ਗਏ ਜੀ, ਪੈਸੇ ਤੱਕ ਮੇਰੇ ਮੈਨੂੰ ਪਤਾ ਹੀ ਨਹੀਂ ਕਿੱਥੇ ਹੈ ਜੀ, ਮੈਨੂੰ ਤਾਂ ਸਮਝ ਨਹੀਂ ਆ ਰਹੀ, ਇੰਨਾ ਮੈਨੂੰ ਕੁੱਟਿਆ ਜੀ, ਮੈਂ ਉਹਨਾਂ ਨੂੰ ਹੱਥ ਜੋੜੀ ਜਾ ਰਿਹਾ, ਸਾਨੂੰ ਮਾਫ਼ ਕਰ ਦਿਉ ਯਾਰ, ਕੀ ਗੱਲ ਹੋਈ ਹੈ, ਉਹਨਾਂ ਨੇ ਕੁਛ ਨਹੀਂ ਸੁਣਿਆ ਜੀ, ਮਾਰੀ ਜਾ ਰਿਹਾ ਜੀ, ਮਾਰੀ ਜਾ ਰਿਹਾ, ਇਹ ਸਾਡੇ ਨਾਲ ਧੱਕਾ ਹੋਇਆ, ਸਾਨੂੰ ਇਨਸਾਫ਼ ਚਾਹੀਦਾ ਜੀ, ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ। ਸਾਨੂੰ SHO ਸਾਹਿਬ ਨੇ ਬਹੁਤ ਵਧੀਆ ਅੱਛੀ ਤਰ੍ਹਾਂ ਡੀਲ ਕੀਤਾ ਜੀ, ਉਹਨਾਂ ਨੇ ਕਿਹਾ, ਮੈਂ ਵਿਸ਼ਵਾਸ ਦਿਲਾਉਂਦਾ ਕਿ ਇਹਨਾਂ 'ਤੇ ਮੈਂ ਕਾਰਵਾਈ ਕਰਾਵਾਂਗਾ, ਸਾਨੂੰ ਪੂਰਾ ਵਿਸ਼ਵਾਸ ਹੈ ਜੀ ਪ੍ਰਸ਼ਾਸਨ 'ਤੇ ਵੀ ਸਾਡਾ ਧੱਕਾ ਨਹੀਂ ਹੋਊਗਾ ਜੀ।